जेड़े भी नौजवान इतने बैठे आ जेड़े तैयार नहीं अजे वो तैयारी कर लो, खंडे बाटे की पढ़ छको, प्यार बार प्यार हो, बाणी बाने के धारनी हो, हर सिख त्यार बार त्यार हो, तुम दसो भी दुनिया की कड़ी ताकत सू हरा सकती है जो सा मूह किसी का किसी पास कोई किसी डेरे तुरै फिर कोई किसी भाषण को जा वड़ता है तो फिर सू मार पैनी है जी पै रही है। जे इस मार तो बचना तो एको ही हल है कि गुरु घरें वड़िए, गुरु घरें वड़ के सतगुर सच्चे पातशाह अरदास करिए कि सतगुर सच्चे पातशाह साड़ी राखी करो, कृपा करो, सानू बल बख्शो, उदम बख्शो, ता जो इस जालम हुकूमत नाल असीं लड़ सकीए। हुण तुसीं वेखो कि आम सिख है कोई कदे उहदी पग ला जांदा है, कोई कुछ कर जांदा है, नंग सिंघां क्यों नहीं हथ पाउंदा कोई, उहनां नूं पता वी पग लाउणा इहदा गुट लथ जुगाड़ियों। सो जिहड़े सिख ने घट्टो घट सानू बाणी बाणी दा धारनी होना पैना है, जिन्ना चिर असीं बाणी बाणी दा धारनी नहीं हुंदे, जिन्ना चिर शस्त्र नहीं हथ रखदे। परसों मैं इक थां ते कहा सी आप खंडी जिहड़े ईसाइयां दे पास्टर तुरे फिरदे ने, इह घरां च जा जा के पुछदे ने वी तुहानू गुरु ने की दित्ता है, ਇਹ ਬਾਰ ਬਾਰ ਸਵਾਲ ਕਰਦੇ ਨੇ ਸਿੱਖਾਂ ਨੂੰ ਵੀ ਤੁਹਾਡੇ ਗੁਰੂ ਨੇ ਤੁਹਾਨੂੰ ਕੀ ਦਿੱਤਾ ਹੈ, ਤੇ ਅੱਗੇ ਤੇਲ ਕੱਢ ਕੇ ਵਿਖਾਇਆ ਕਰੋ ਵੀ ਆਹ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਜੇ ਕਹੋ ਤੇ ਚਲਾ ਕੇ ਵਿਖਾ ਦਿੰਦੇ ਹਾਂ। ਅਸੀਂ ਘਸਿਆਰੇ ਬਣ ਗਏ ਹਾਂ, ਅਸੀਂ ਘਸਿਆਰੇ ਬਣ ਕੇ ਹਕੂਮਤ ਦੇ ਅੱਗੇ ਨੱਕ ਰਗੜਦੇ ਫਿਰਦੇ ਹਾਂ, ਇਨਸਾਫ਼ ਦੀ ਭੀਖ ਮੰਗਦੇ ਫਿਰਦੇ ਹਾਂ। ਅਸੀਂ ਇਨਸਾਫ਼ ਦੀ ਭੀਖ ਨਹੀਂ ਮੰਗਣੀ ਖਾਲਸਾ ਜੀ, ਇਨਸਾਫ਼ ਆਪ ਕਰਨਾ ਹੈ। ਖਾਲਸੇ ਨੇ ਇਨਸਾਫ਼ ਕਦੇ ਅਦਾਲਤਾਂ ਤੋਂ ਨਹੀਂ ਮੰਗਿਆ, ਇਹ ਹਕੂਮਤ ਨੂੰ ਵੀ ਅੱਗੇ ਕਿਹਾ ਹੈ। ਹੁਣ ਦੁਬਾਰਾ ਕਹਿ ਦਿੰਦੇ ਹਾਂ ਵੀ ਹਕੂਮਤ ਨੂੰ ਵੀ ਪਤਾ ਵੀ ਸਾਡੇ ਨਾਲ ਕਿੱਥੇ ਜਿਆਦਤੀ ਕੀਤੀ ਇਹਨਾਂ ਨੇ, ਜੇ ਆਪੇ ਠੀਕ ਕਰਨਾ ਕਰ ਦਿਓ, ਨਹੀਂ ਤਾਂ ਖਾਲਸਾ ਜਿਹੜਾ ਤਿਆਰ ਬਰ ਤਿਆਰ ਹੈ, ਜਿਹੜਾ ਸਦੀਆਂ ਤੋਂ ਤਿਆਰ ਬਰ ਤਿਆਰ ਬੈਠਾ ਹੈ, ਉਹਦਾ ਕੰਮ ਹੈ ਇਨਸਾਫ਼ ਲੈਣਾ, ਉਹਨੇ ਲੈ ਲੈਣਾ। ਹਕੂਮਤਾਂ ਆਉਂਦੀਆਂ ਜਾਂਦੀਆਂ ਰਹੀਆਂ ਨੇ, ਅੰਗਰੇਜ਼ਾਂ ਨੂੰ ਲੱਗਾ ਸੀ ਕਿੱਥੇ ਵੀ ਸਾਡਾ ਰਾਜ ਚੱਲ ਜੂ, ਜਾਂ ਮੁਗਲਾਂ ਨੂੰ ਲੱਗਾ ਸੀ ਵੀ ਸਾਡਾ ਰਾਜ ਖਤਮ ਹੋ ਜੂ, ਹੋ ਗਿਆ। ਸੋ ਇਸ ਕਰਕੇ ਜਿਹੜਾ ਵੀ ਹੁਕਮਰਾਨ ਜ਼ਾਲਮ ਬਣੂਗਾ, ਜਿਹੜਾ ਹੁਕਮਰਾਨ ਜ਼ੁਲਮ ਦਾ ਰਾਹ ਫੜੂਗਾ, ਖਾਲਸੇ ਨੇ ਉਸ ਹੁਕਮਰਾਨ ਦਾ ਅੰਤ ਕਰਨਾ ਹੈ। ਅੱਜ ਹੋ ਜਾਵੇ, ਕੱਲ੍ਹ ਹੋ ਜਾਵੇ, ਦਸਾਂ ਸਾਲਾਂ ਹੋ ਜਾਵੇ, ਹੋਣਾ ਉਸ ਦਿਨ ਜਿੱਦਣ ਸਾਡੀ ਤਿਆਰੀ ਪੂਰੀ ਹੋ ਗਈ ਅਤੇ ਕਲਗੀਧਰ ਪਾਤਸ਼ਾਹ ਦੀ ਨਿਗਾਹ ਸਵੱਲੀ ਹੋ ਗਈ, ਉਹਨਾਂ ਨੇ ਰਾਜ ਇਹਨਾਂ ਜ਼ਾਲਮਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ, ਬਾਬਰ ਨੂੰ ਰਾਜ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਆ, ਪਰ ਜਦੋਂ ਰਾਜ ਫਿਰ ਰਾਜ ਗੱਦੀ 'ਤੇ ਬੈਠ ਕੇ ਹੰਕਾਰਿਆ ਹੋ ਗਿਆ ਅਤੇ ਗੁਰੂ ਘਰ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਉਹਦੀਆਂ ਪੀੜ੍ਹੀਆਂ ਨੇ, ਅਤੇ ਫਿਰ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਅਤੇ ਮੁਗਲ ਰਾਜ ਦੀ ਜੜ ਜਿਹੜੀ ਸੀ ਉਹ ਪੁੱਟ ਕੇ ਪਰੇ ਮਾਰੀ। ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜਿਹੜਾ ਵੀ ਹੁਕਮਰਾਨ ਬੈਠਾ ਹੈ ਇਹ ਕੋਈ ਰੱਬ ਦਾ ਰਾਜ ਨਹੀਂ ਕਰ ਰਿਹਾ, ਇਹ ਦੁਨਿਆਵੀ ਰਾਜ ਹੈ, ਮਨੁੱਖਾਂ ਦਾ ਰਾਜ ਹੈ, ਪਾਪ ਕਰ ਰਹੇ ਨੇ, ਜ਼ੁਲਮ ਕਮਾ ਰਹੇ ਨੇ, ਧੀਆਂ ਭੈਣਾਂ ਦੀ ਬੇਪਤੀ ਕਰਦੇ ਨੇ, ਅਤੇ ਸਭ ਤੋਂ ਵੱਡਾ ਪਾਪ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅਦਬੀ 'ਤੇ ਉਤਰੇ ਨੇ, ਇਹਨਾਂ ਦਾ ਰਾਜ ਕੋਲ ਬਹੁਤਾ ਸਮਾਂ ਨਹੀਂ ਰਹਿਣਾ। ਸੋ ਇਸ ਕਰਕੇ ਨੌਜਵਾਨੋ ਬਚਿਓ, ਜਿਹੜਾ ਸਮਾਂ ਭਵਿੱਖ 'ਚ ਆਉਣਾ ਹੈ, ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ, ਖਾਲਸੇ ਦਾ ਰਾਜ ਨਹੀਂ ਆਉਂਦਾ ਸੰਸਾਰ ਦੇ ਉੱਤੇ, ਉਹਨਾਂ ਚਿਰ ਜਿੰਨਾ ਚਿਰ ਰਾਜ ਪ੍ਰਗਟ ਨਹੀਂ ਹੁੰਦਾ, ਉਹਨਾਂ ਚਿਰ ਸਾਨੂੰ ਇਹ ਤਸ਼ੱਦਦ ਸਹਿਣੇ ਪੈਣੇ ਨੇ, ਉਹਨਾਂ ਚਿਰ ਸਾਨੂੰ ਜੇਲ੍ਹਾਂ ਵੀ ਕੱਟਣੀਆਂ ਪੈਣੀਆਂ ਨੇ, ਉਹਨਾਂ ਚਿਰ ਸਾਨੂੰ ਜਿੱਦਾਂ ਗਿਆਨੀ ਸਾਹਿਬ ਨੇ ਪਹਿਲਾਂ ਕਿਹਾ ਸੀ ਵੀ ਚੱਡੇ ਵੀ ਪੜਾਉਣੇ ਪੈਣੇ, ਸਾਰਾ ਕੁਝ ਕਰਾਉਣਾ ਪੈਣਾ, ਪਰ ਇਸ ਗੱਲ ਤੋਂ ਡਰ ਕੇ ਭੈ ਭੀਤ ਹੋ ਕੇ ਵੀ ਸਾਡੇ ਨਾਲ ਆਹ ਕੁਛ ਵਾਪਰਿਆ ਹੈ ਅਤੇ ਅਸੀਂ ਘਰਾਂ 'ਚ ਬੈਠ ਜਾਈਏ, ਫਿਰ ਤਾਂ ਅਸੀਂ ਗੁਰੂ ਦੇ ਸਿੱਖ ਨਹੀਂ ਕਹਾ ਸਕਦੇ। ਜੇ ਗੁਰੂ ਦੇ ਸਿੱਖ ਕਹਾਉਣਾ ਹੈ ਤਾਂ ਮੌਤ ਦਾ ਭੈ ਕੱਢਣਾ ਪੈਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਅਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਮੌਤ ਦਾ ਭੈ ਕੱਢੋ ਅਤੇ ਫਿਰ ਤਸ਼ੱਦਦ ਜਿਹੜਾ ਹੈ ਇਹ ਤਾਂ ਮੌਤ ਦੇ ਭੈ ਤੋਂ ਵੱਡਾ ਨਹੀਂ ਹੈਗਾ ਨਾ, ਬੰਦੇ ਨੂੰ ਮੌਤ ਹੀ ਸਭ ਤੋਂ ਵੱਡੀ ਲੱਗਦੀ ਹੈ ਵੀ ਮਾਰ ਨਾ ਦੇਵੇ ਕੋਈ, ਪੀੜ ਤੋਂ ਵੀ ਮਨੁੱਖ ਤਾਂ ਡਰਦਾ ਹੈ ਵੀ ਪੀੜ ਨਾ ਕਿਤੇ ਮੌਤ ਨਾ ਆ ਜਾਵੇ, ਪਰ ਜੇ ਮੌਤ ਦਾ ਭੈ ਸਿੱਖ ਮਨ 'ਚੋਂ ਕੱਢ ਦੇਵੇ ਫਿਰ ਪਿੱਛੇ ਕੁਛ ਨਹੀਂ ਬਚਦਾ। ਰਾਜ ਦੀ ਪ੍ਰਾਪਤੀ ਵਾਸਤੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਰਬਲ ਸੇ ਲੇ, ਰਾਜ ਜਿਨ੍ਹਾਂ ਨੇ ਲੈਣਾ ਹੈ ਆਪਣੇ ਬਲ ਨਾਲ ਲੈਣਾ ਹੈ, ਭਾਵੇਂ ਹੁਕਮਰਾਨ ਕਿੱਡਾ ਵੀ ਚੰਗਾ ਹੋਵੇ ਉਹਦੇ ਕੋਲ ਰਾਜ ਮੰਗਣ ਜਾਵੇ ਉਹ ਨਹੀਂ ਦਿੰਦਾ, ਉਹਦੇ ਕੋਲ ਰਾਜ ਥਾਲੀ ਧਰ ਕੇ ਆਪਾਂ ਨੂੰ ਕਿਸੇ ਨੇ ਦੇਣਾ ਨਹੀਂ। ਇਸ ਗੱਲ ਦੀ ਤਿਆਰੀ ਕਰੋ। ਸਿੰਘ ਸਾਹਿਬ ਨੇ ਇੱਕ ਗੱਲ ਬਹੁਤ ਵਧੀਆ ਕੀਤੀ ਹੈ, ਜਿਹੜਾ ਨਿਤਨੇਮ ਹੈ, ਜਿਹੜਾ ਬਾਣੀ ਬਾਣੀ ਦਾ ਧਾਰਨੀ ਹੋਣਾ, ਉਸ ਤੋਂ ਬਿਨਾਂ ਸਾਨੂੰ ਕਿਸੇ ਨੇ ਰਾਜ ਨਹੀਂ ਬਖਸ਼ਣਾ। ਰਾਜ ਕਲਗੀਧਰ ਪਾਤਸ਼ਾਹ ਨੇ ਆਹ ਬਖਸ਼ਣਾ, ਪਰ ਕਦੋਂ ਬਖਸ਼ਣਾ? ਜਦੋਂ ਅਸੀਂ ਰਾਜ ਕਰਨ ਦੇ ਕਾਬਲ ਹੋ ਗਏ। ਸੋ ਇੰਨੀਆਂ ਕੁ ਬੇਨਤੀਆਂ ਰੱਖੇ ਮਾਤਾ ਜਾਚਕਾਂ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।